ਮੇਰਾ ਰਾਏ ਦੇਣਾ ਫਰਜ਼ ਨਹੀਂ ਬਣਦਾ, ਪਰ ਮੈਂ ਕੇਜਰੀਵਾਲ ਨੂੰ ਇਹ ਰਾਏ ਜਰੂਰ ਦਊਂਗਾ, ਇਹਨੂੰ ਵੀ ਤੋਰ ਦੇ ਚੰਗਾ ਰਹਿਣ। ਜਿਸ ਤਰ੍ਹਾਂ ਆਪ ਉੱਥੋਂ ਗਿਆ ਨਾ, ਇਹਨੂੰ ਵੀ ਤੋਰ ਦੇ, ਇੱਥੇ ਵੀ ਕੋਈ ਚੰਗੀ ਜਿਹੀ ਔਰਤ ਲੱਭ ਦੇ, ਉਹਨੂੰ ਬਣਾ ਦੇ, ਇਹਨੂੰ ਤੋਰ ਦੇ, ਉੱਥੇ ਤੂੰ ਤੁਰ ਗਿਆ, ਲੋਕਾਂ ਨੇ ਰਾਹਤ ਮਹਿਸੂਸ ਕੀਤੀ, ਇੱਧਰ ਇਹਨੂੰ ਦੇ ਦੇ, ਦੀਵਾਲੀ ਮਨਾਉਣਗੇ ਲੋਕ। 10,000 ਕਰੋੜ ਦੀ ਹੁਣ ਮੰਗ ਕੀਤੀ ਸੈਂਟਰ ਗਵਰਨਮੈਂਟ, ਇਹਦੀ ਜੀਭ ਬਾਹਰ ਨਿਕਲੀ, ਝੋਲੀ ਅੱਡ ਕੇ ਲੰਮਾ ਪਿਆ ਉੱਥੇ ਬੀਜੇਪੀ ਦੀ ਸਰਕਾਰ ਦੇ ਸਾਹਮਣੇ ਭਗਵੰਤ, ਤਾਂ ਹੀ ਦਿੱਲੀ ਗਿਆ, ਕੇਜਰੀਵਾਲ ਨੂੰ ਮਿਲ ਨਹੀਂ ਗਿਆ, ਕੋਡਾ ਹੋਇਆ ਪਿਆ ਉੱਥੇ। ਬਕਾਇਦਾ ਤੌਰ ਉਹਨਾਂ ਨੂੰ ਇਹੀ ਗੱਲ ਕਹੀ ਹੈ ਕਿ 10,000 ਕਰੋੜ ਰੁਪਈਆ ਮੈਨੂੰ ਹੋਰ ਦਿੱਤਾ ਜੀ। ਉਹ ਕਹਿੰਦੇ ਨੇ ਕਿ ਸਾਲ ਦੇ ਜਿੰਨੇ ਪੈਸੇ ਤੁਹਾਨੂੰ ਦਿੱਤੇ ਜਾ ਸਕਦੇ ਉਹ ਕੋਟਾ ਤੁਹਾਡਾ ਓਵਰ ਹੋ ਗਿਆ, ਅਤੇ ਮੈਨੂੰ ਜੋ ਲੱਗਦਾ ਅਗਲੇ ਮਹੀਨੇ ਤੱਕ ਸਰਕਾਰੀ ਮੁਲਾਜ਼ਮਾਂ ਨੂੰ ਅਤੇ ਪੈਨਸ਼ਨਰਸ ਨੂੰ ਨਾ ਤਨਖਾਹ ਮਿਲੀ ਹੈ ਅਤੇ ਪੈਨਸ਼ਨਰਸ ਨੂੰ ਪੈਨਸ਼ਨ ਨਹੀਂ ਮਿਲੀ। ਮੁੱਖ ਮੰਤਰੀ ਦੀ ਵੀ ਜ਼ਿੰਦਗੀ ਮੈਂ ਮਹਿਫੂਜ਼ ਨਹੀਂ ਸਮਝਦਾ, ਜੇ ਮੁੱਖ ਮੰਤਰੀ ਪੰਜਾਬ ਦਾ 15 ਅਗਸਤ ਵਾਲੇ ਦਿਨ ਪੰਜਾਬ ਦੇ ਵਿੱਚ ਇੱਕ ਬੁਲਟ ਪਰੂਫ ਕੈਬਨ ਦੇ ਵਿੱਚੋਂ ਬੋਲੇ, ਉਹਦਾ ਮਤਲਬ ਹੈ ਕਿ ਇੱਥੇ ਕੋਈ ਵੀ ਸੇਫ ਨਹੀਂ। ਇੱਕ ਨਮੂਨਾ ਜਿਹੜਾ ਪੇਸ਼ ਕੀਤਾ ਭਗਵੰਤ ਨੇ ਬੁਲਟ ਪਰੂਫ ਸ਼ੀਸ਼ੇ ਤੋਂ ਪਿੱਛੇ ਇੱਕ ਮੋਰਚੇ 'ਚ ਬੋਲਣ ਦਾ, ਉਹਦਾ ਮਤਲਬ ਇਹ ਕਿ ਆਜ਼ਾਦਾਨਾ ਪੰਜਾਬ 'ਚੋਂ ਇੱਕ ਮੋਰਚੇ ਚਲਾ ਗਿਆ। ਇਹ ਹੁਣ ਇਸ ਮੋਰਚੇ ਦੇ ਵਿੱਚ ਹੌਲੀ ਹੌਲੀ ਥੱਲੇ ਜਾਂਦੇ ਰਹਿਣ, ਅਜੇ ਤਾਂ ਸ਼ੀਸ਼ਿਆਂ 'ਚੋਂ ਨਜ਼ਰ ਆਇਆ, ਫਿਰ ਅੰਡਰਗਰਾਊਂਡ ਜਿਹੜੇ ਬਣ ਗਏ ਬੰਕਰ ਉਹਨਾਂ ਵਿੱਚੋਂ ਇਹਦੀ ਆਵਾਜ਼ ਆਇਆ ਕਰੇਗੀ। ਅੱਜ ਤੋਂ 6 ਮਹੀਨੇ ਤੋਂ ਬਾਅਦ ਇਸ ਬੰਕਰ ਤੋਂ ਇਹ ਅੰਡਰਗਰਾਊਂਡ ਬੰਕਰ ਜਾਏਗਾ, ਤੁਹਾਨੂੰ ਬਾਹਰੋਂ ਇੱਕ ਮਾਈਕ ਦੇ ਜ਼ਰੀਏ ਆਵਾਜ਼ ਆਏਗੀ ਅਤੇ ਚੀਫ ਮਿਨਿਸਟਰ ਵਿੱਚ ਹੋਏਗੀ। ਕਿਸੇ ਦੀ ਜਾਇਦਾਦ ਸੁਰੱਖਿਅਤ ਨਹੀਂ, ਕੋਈ ਨਵੀਂ ਇਨਵੈਸਟਮੈਂਟ ਨਹੀਂ ਆ ਰਹੀ, ਸਕੂਲਾਂ ਦਾ ਤੁਸੀਂ ਵੇਖ ਲਿਆ, ਜਿਨ੍ਹਾਂ ਨੇ ਇੰਗਲਿਸ਼ ਪੜ੍ਹੀ ਨਹੀਂ ਪੜ੍ਹਾਈ ਨਹੀਂ ਉਹਨਾਂ ਨੂੰ ਇੰਗਲਿਸ਼ ਟੀਚਰਸ ਨੇ ਤਰੱਕੀਆਂ ਦੇ ਦਿੱਤੀਆਂ। ਹੈਲਥ ਸਿਸਟਮ ਟੋਟਲੀ ਕਲੈਪਸ ਕਰ ਗਿਆ। ਕੇਜਰੀਵਾਲ ਨੇ ਇਹ ਗੱਲ ਕਹੀ ਸੀ, ਮੈਂ 1 ਰੁਪਈਆ ਵੀ ਪੰਜਾਬ ਦੇ ਸਿਰ ਕਰਜ਼ਾ ਨਹੀਂ ਚਾੜੂ, ਕਿਉਂਕਿ ਮੈਨੂੰ ਪਤਾ ਪੈਸੇ ਕਿੱਥੋਂ ਲਿਆਉਣੇ। 20,000 ਕਰੋੜ ਰੁਪਈਆ ਮੈਂ ਮਾਈਨਿੰਗ 'ਚੋਂ ਲਿਆਊਂ, 1 ਰੁਪਈਆ ਨਹੀਂ ਆ ਰਿਹਾ। 34,000 ਕਰੋੜ ਰੁਪਈਆ ਜਿਹੜਾ ਪੰਜਾਬ ਦਾ ਹਰ ਸਾਲ ਦਾ ਬਜਟ ਹੈ, ਉਹਦੇ 'ਚ ਕੇਜਰੀਵਾਲ ਮੁਤਾਬਕ ਰਿਸ਼ਵਤ ਚੱਲਦੀ ਹੈ 40%। ਕਮਿਸ਼ਨ ਹੈ ਕਹਿੰਦਾ ਜੇ 40 ਛੱਡ ਲਓ, ਮੈਂ 20 ਲੈ ਆਵਾਂ, ਅਤੇ 34,000 ਕਰੋੜ ਰੁਪਈਆ ਉਹ ਆ ਗਿਆ, ਅਤੇ 54,000 ਕਰੋੜ ਰੁਪਈਆ ਤਾਂ ਮੇਰੇ ਕੋਲ ਬਕਾਇਆ ਪਿਆ, ਅਤੇ 20,000 ਕਰੋੜ ਠੇਕਿਆਂ ਦਾ ਹੋਏ, ਅਤੇ ਮੈਨੂੰ ਕੋਈ ਪੈਸਾ ਲੈ। ਇਹ ਉਹਦੀ ਕਮਿਟਮੈਂਟ ਹੈ ਸੋਸ਼ਲ ਮੀਡੀਆ 'ਤੇ, ਤੁਸੀਂ ਵੇਖ ਸਕਦੇ ਹੋ ਇਲੈਕਸ਼ਨੋਂ ਪਹਿਲੇ, ਕਿ ਮੈਂ 5 ਸਾਲ 'ਚ 2,60,000 ਕਰੋੜ ਦਾ 75 ਸਾਲਾਂ ਦਾ ਕਰਜ਼ਾ ਬਿਲਕੁਲ ਖਤਮ ਕਰ ਦੂੰਗਾ। ਮੈਂ ਦੱਸਣਾ ਚਾਹੁੰਦਾ ਪੰਜਾਬ ਵਾਸੀਆਂ ਨੂੰ, 1,30,000 ਦਾ ਕਰਜ਼ਾ ਇਹਨਾਂ ਨੇ 2.5 ਸਾਲਾਂ 'ਚ, 1,30,000 ਕਰੋੜ, 10,000 ਕਰੋੜ ਦੀ ਹੁਣ ਮੰਗ ਕੀਤੀ ਸੈਂਟਰ ਗਵਰਨਮੈਂਟ, ਇਹਦੀ ਜੀਭ ਬਾਹਰ ਨਿਕਲੀ, ਝੋਲੀ ਅੱਡ ਕੇ ਲੰਮਾ ਪਿਆ ਉੱਥੇ ਬੀਜੇਪੀ ਦੀ ਸਰਕਾਰ ਦੇ ਸਾਹਮਣੇ ਭਗਵੰਤ, ਤਾਂ ਹੀ ਦਿੱਲੀ ਗਿਆ, ਕੇਜਰੀਵਾਲ ਨੂੰ ਮਿਲ ਨਹੀਂ ਗਿਆ, ਕੋਡਾ ਹੋਇਆ ਪਿਆ ਉੱਥੇ। ਬਕਾਇਦਾ ਤੌਰ ਉਹਨਾਂ ਨੂੰ ਇਹੀ ਗੱਲ ਕਹੀ ਹੈ ਕਿ 10,000 ਕਰੋੜ ਰੁਪਈਆ ਮੈਨੂੰ ਹੋਰ ਦਿੱਤਾ ਜੀ। ਉਹ ਕਹਿੰਦੇ ਨੇ ਕਿ ਸਾਲ ਦੇ ਜਿੰਨੇ ਪੈਸੇ ਤੁਹਾਨੂੰ ਦਿੱਤੇ ਜਾ ਸਕਦੇ ਉਹ ਕੋਟਾ ਤੁਹਾਡਾ ਓਵਰ ਹੋ ਗਿਆ, ਅਤੇ ਮੈਨੂੰ ਜੋ ਲੱਗਦਾ ਅਗਲੇ ਮਹੀਨੇ ਤੱਕ ਸਰਕਾਰੀ ਮੁਲਾਜ਼ਮਾਂ ਨੂੰ ਅਤੇ ਪੈਨਸ਼ਨਰਸ ਨੂੰ ਨਾ ਤਨਖਾਹ ਮਿਲੀ ਹੈ ਅਤੇ ਪੈਨਸ਼ਨਰਸ ਨੂੰ ਪੈਨਸ਼ਨ ਨਹੀਂ ਮਿਲੀ। ਹਾਹਾਕਾਰ ਪੰਜਾਬ 'ਚ ਮੱਚ ਗਈ ਹੈ, ਹਰ ਮੋੜ ਦੇ ਵਿੱਚ ਤੁਸੀਂ ਕਿਸੇ ਪੰਜਾਬ ਦੇ ਮੇਨ ਹਾਈਵੇ 'ਤੇ ਹੋ ਜਾਓ, ਕਿਤੇ ਟੀਚਰ ਬੈਠੇ, ਕਿਤੇ ਡਾਕਟਰਸ ਬੈਠੇ ਨੇ, ਕਿਤੇ ਇੰਜੀਨੀਅਰਸ ਬੈਠੇ ਨੇ, ਕੋਈ ਹਰ ਵਰਗ ਇਹਨਾਂ ਦੇ ਕੰਪਲੀਟਲੀ ਉਲਟ ਹੈ। ਫਰੋਡ ਵੇਖੋ, ਜਿਹੜੀ ਪਾਰਟੀ ਅਤੇ ਜਿਹੜਾ ਲੀਡਰ ਭਗਵੰਤ ਵਰਗਾ ਨੌਜਵਾਨ ਭੈਣਾਂ ਨੂੰ ਮਾਵਾਂ ਨੂੰ ਝੂਠ ਬੋਲ ਸਕਦਾ ਕਿ 1,000 ਰੁਪਈਆ ਤੁਹਾਨੂੰ ਅਸੀਂ 1 ਤਰੀਕ ਨੂੰ ਇੱਕ ਮਦਦ ਵਜੋਂ ਤੁਹਾਨੂੰ 1,000 ਰੁਪਈਆ ਹਰ ਅਕਾਊਂਟ 'ਚ ਪਾਵਾਂਗੇ,
ਜਿੰਨੀ ਵੀ 18 ਸਾਲ ਤੋਂ ਉੱਤੇ ਸਾਡੀਆਂ ਭੈਣਾਂ 28 ਸਾਲ ਗੁਜ਼ਰਨ ਤੋਂ ਬਾਅਦ ਵੀ 1 ਰੁਪਈਆ ਕਦੀ ਨਹੀਂ ਆਇਆ ਕਿਸੇ ਪਿੰਡ 'ਚ, ਕਿਸੇ ਸ਼ਹਿਰ 'ਚ 1 ਰੁਪਈਆ ਡਿਵੈਲਪਮੈਂਟ ਦਾ ਨਹੀਂ ਆਇਆ। ਜੇ ਡਿਵੈਲਪਮੈਂਟ ਹੋ ਰਹੀ ਹੈ ਤਾਂ ਮਹਾਰਾਜਾ ਸਤੌਜ ਅਤੇ ਇਹਦੇ ਨਾਲ ਆ ਜਿਹੜਾ 35-40 ਦਾ ਟੋਲਾ ਇਹਦੇ ਕੋਲ, ਜਾਂ ਇਹਨਾਂ ਦੇ ਜਿਹੜੇ 92 MLA ਜਿਹੜੇ ਹੁਰ ਹੁਲ ਕਰਦੇ ਫਿਰਦੇ ਨੇ ਪੰਜਾਬ ਦੇ ਪਿੰਡਾਂ ਦੇ ਵਿੱਚ, ਲੋਕਾਂ ਦੀਆਂ ਜੇਬਾਂ ਵਿੱਚ ਹੱਥ ਪਾਏ ਨੇ। ਥਾਣੇ ਇੱਕੋ ਦਮ ਤੁਸੀਂ ਵੇਖੋ ਨਿਲਾਮ ਹੋ ਚੁੱਕੇ ਨੇ, ਤਹਿਸੀਲਾਂ ਨਿਲਾਮ ਹੋ ਚੁੱਕੀਆਂ ਨੇ ਹੁਣੇ ਹੀ ਪੈਟਰੋਲ ਤੇ ਡੀਜ਼ਲ 'ਚ। ਤੀਜੀ ਚੌਥੀ ਵਾਰ ਟੈਕਸ ਵਧਾ ਦਿੱਤਾ ਤੇ ਹੈਰਾਨੀ ਦੀ ਗੱਲ ਹੈ, ਕੋਈ ਪੰਜਾਬੀ ਆਲੇ ਦੁਆਲੇ ਸਾਰੇ ਜਾ ਕੇ ਮੁਹਾਲੀ ਵਾਲੇ ਜਾ ਕੇ ਕੋਈ ਇੱਥੋਂ 20-25 ਕਿਲੋਮੀਟਰ ਤੋਂ ਤੇਲ ਪਵਾਉਂਦਾ, ਜਿਹੜੇ ਹਰਿਆਣਾ ਬਾਰਡਰ 'ਤੇ ਨੇ, ਜਿਹੜੇ ਹਿਮਾਚਲ ਬਾਰਡਰ 'ਤੇ ਹਿਮਾਚਲ 'ਚੋਂ ਪਵਾਉਂਦੇ ਨੇ, ਜਿਹੜੇ ਹਰਿਆਣੇ ਦੇ ਬਾਰਡਰ 'ਤੇ ਉਹ ਹਰਿਆਣੇ ਤੋਂ ਤੇਲ ਪਵਾਉਂਦੇ। ਸਾਡਾ ਤਾਂ ਪੰਜਾਬ ਦਾ ਅਤੇ ਮੁਹਾਲੀ ਸੋਰੀ ਚੰਡੀਗੜ੍ਹ ਦੇ ਪੈਟਰੋਲ ਦਾ 6 ਰੁਪਈਏ ਲੀਟਰ ਪਿੱਛੇ ਫਰਕ, ਡੀਜ਼ਲ ਦਾ ਫਰਕ, DAP ਨਕਲੀ, DAP ਆ ਨਹੀਂ ਰਹੀ ਤਾਂ ਨਕਲੀ ਆ ਰਹੀ, ਤੁਸੀਂ ਦੱਸੋ ਇੱਥੇ। ਅੱਛਾ ਫਿਰ ਸਾਰੇ ਹੀ ਸ਼ੈਲਰਾਂ ਦੇ ਵਿੱਚ ਅਜੇ ਮਾਲ ਪਿਆ, ਕੋਈ ਸਪੈਸ਼ਲ ਮੂਵਮੈਂਟ ਨਹੀਂ ਹੋਈ। ਸਾਡੀ ਉੱਧਰੋਂ ਝੋਨੇ ਦੀ ਫਸਲ ਆ ਜਾਣੀ ਹੈ, ਝੋਨਾ ਲਾਉਣ ਨੂੰ ਜਗ੍ਹਾ ਕੋਈ ਨਹੀਂ, ਇਹ ਹਾਹਾਕਾਰ ਮਚ ਰਹੀ ਹੈ। ਇਹੀ ਕਾਰਨ ਹੈ ਕਿ ਅਸੀਂ ਬਿਲਕੁਲ ਅਣਜਾਣ ਲੋਕਾਂ ਦੇ ਚੁਟਕਲੇ ਸੁਣ ਕੇ ਉਹਨਾਂ ਦੇ ਹੱਥ 'ਚ ਰਾਜ ਦੇ ਦਿੱਤਾ ਅਤੇ ਇਹਨਾਂ ਨੂੰ ਹੁਣ ਪਤਾ ਨਹੀਂ ਕਿ ਰਾਜ ਕਰੀਏ ਕਿਸ ਤਰ੍ਹਾਂ। ਮਿਹਰਬਾਨੀ, ਇੱਕ ਲਾਅ ਐਂਡ ਆਰਡਰ ਤੁਸੀਂ ਗੱਲ ਕਰ ਰਹੇ ਹੋ, ਕੱਲ੍ਹ ਪੰਜਾਬ ਪੁਲਿਸ ਵੱਲੋਂ ਇੱਕ ਉਪਲਬਧੀਆਂ ਜਿਹੜੀ ਉਹ ਗਿਣਾਈ ਗਈ ਹੈ, ਚਾਹੇ ਉਹ NDPS ਮਾਮਲੇ 'ਚ ਗ੍ਰਿਫਤਾਰੀਆਂ ਹੋਣ, ਰਿਕਵਰੀਜ਼ ਹੋਣ, ਗੈਂਗਸਟਰਾਂ ਨੂੰ ਫੜਨ ਦੀ ਗੱਲ ਕਰ ਲਈਏ, ਵੈਪਨਸ ਦੀ ਰਿਕਵਰੀ ਦੀ ਗੱਲ। ਮੇਰੀ ਗੱਲ ਸੁਣੋ, ਮੁੱਖ ਮੰਤਰੀ ਦੀ ਆਪਣੀ ਫੋਟੋ ਲੱਗੀ ਕਿ ਜੋ ਕੁਝ ਚਾਹੀਦਾ ਅੰਦਰ ਹੀ ਆ ਜਾਓ, ਤੁਸੀਂ ਕਹਿੰਦੇ ਹੋ ਡਰੱਗ ਹੈ ਨਹੀਂ, ਤੁਸੀਂ ਦੱਸੋ ਤੁਸੀਂ ਆਹ ਪ੍ਰੈਸ ਦੇ ਭਰਾਓ, ਟੈਲੀਫੋਨ ਦੇ ਉੱਤੇ ਡਰੱਗ ਅਵੇਲੇਬਲ ਇੱਕ ਨਹੀਂ, ਹੋਮ ਡਿਲੀਵਰੀ, ਮੈਂ ਤਾਂ ਇੱਥੋਂ ਤੱਕ ਤੁਹਾਨੂੰ ਦੱਸਦਾ ਨਾ ਕਿੱਥੋਂ ਦੀ ਤੁਸੀਂ ਗੱਲ ਕਰਦੇ ਹੋ। ਨੌਜਵਾਨ ਬਾਜਵਾ ਸਾਹਿਬ, ਦਿੱਲੀ ਦੇ ਵਿੱਚ ਮੁੱਖ ਮੰਤਰੀ ਚੇਂਜ ਕਰਤਾ, ਪੰਜਾਬ ਦੇ ਵਿੱਚ ਤੁਹਾਨੂੰ ਲੱਗਦਾ ਕਿ ਮੁੱਖ ਮੰਤਰੀ ਵਜੋਂ ਨਾ ਦਿੱਤਾ ਗਿਆ? ਦੇਖੋ, ਮੇਰਾ ਰਾਏ ਦੇਣਾ ਫਰਜ਼ ਨਹੀਂ ਬਣਦਾ, ਪਰ ਮੈਂ ਕੇਜਰੀਵਾਲ ਨੂੰ ਇਹ ਰਾਏ ਜਰੂਰ ਦਊਂਗਾ, ਇਹਨੂੰ ਵੀ ਤੋਰ ਦੇ ਚੰਗਾ ਰਹਿਣ, ਜਿਸ ਤਰ੍ਹਾਂ ਆਪ ਉੱਥੋਂ ਗਿਆ ਨਾ, ਇਹਨੂੰ ਵੀ ਤੋਰ ਦੇ, ਇੱਥੇ ਵੀ ਕੋਈ ਚੰਗੀ ਜਿਹੀ ਔਰਤ ਲੱਭ ਦੇ, ਉਹਨੂੰ ਬਣਾ ਦੇ, ਇਹਨੂੰ ਤੋਰ ਦੇ, ਉੱਥੇ ਤੂੰ ਤੁਰ ਗਿਆ, ਲੋਕਾਂ ਨੇ ਰਾਹਤ ਮਹਿਸੂਸ ਕੀਤੀ, ਇੱਧਰ ਇਹਨੂੰ ਦੇ ਦੇ, ਦੀਵਾਲੀ ਮਨਾਉਣਗੇ ਲੋਕ।